2016 च पिंड बुरज जवाहर सिंह वाला च गोलियां मार के डेरा प्रेमी गुरदेव सिंह का कत्ल कर दिता गया सी। जिस मामले च तीन आरोपियों नू बीते दिन ही फरीदकोट की एडिशनल सैशन जज की अदालत वालों उम्र कैद की सजा सुनाई गई है। जानकारी मुताबिक 13 जून 2016 नू पिंड जवाहर सिंह वाला विखे अणपछाते व्यक्तियां वल्लों सुबह 5:15 ते डेरा प्रेमी गुरदेव सिंह दा सिर विच गोलियां मार के कतल कर दिता गया सी। जिस वक्त वह अपनी पत्नी समेत अपनी दुकान गुरदेव करियाना स्टोर की सफाई कर रहा सी। 2016 विच डेरा प्रेमी गुरदेव सिंह दा कतल होया सी। उस मामले विच कुछ फैसले सुनाए गए ने अदालत वल्लों। की फैसला साहिब और की मामला सी सर? कल इस कतल केस दे विच अदालत श्री जे एस मरोक एडिशनल सैशन जज साहब फरीदकोट ने फैसला सुनाया और इस केस दे तिने दोषी गुरप्रीत सिंह गोपी अशोक कुमार ते जसवंत सिंह कला तिन्हां नूं उम्र कैद कीती। मामला की सी सर? मामला यह सीगा भी इस केस दे विच जिहड़ा गुरदेव सिंह डेरा प्रेमी जिहनूं कहिंदे आ ਉਹ ਘਟਨਾ ਵਾਲੀ ਦਿਨ ਆਪਦੀ ਘਰ ਵਾਲੀ ਦੇ ਨਾਲ ਸਵੇਰੇ ਸਾਜਰੇ ਤੜਕੇ ਸਵਖਤੇ ਆਪਦੀ ਦੁਕਾਨ ਬਰਜਵਾਰ ਸਿੰਘ ਵਾਲੇ ਖੋਲ੍ਹ ਕੇ ਉੱਥੇ ਪਾਣੀ ਛਿੜਕ ਰਿਹਾ ਸੀਗਾ ਅਤੇ ਇੰਨੇ 'ਚ ਤਿੰਨ ਬੰਦੇ ਕਾਰ 'ਚ ਆਏ। ਇੱਕ ਕਾਰ ਦੇ ਵਿੱਚ ਬੈਠਾ ਰਿਹਾ, ਦੋਵਾਂ ਨੇ ਆ ਕੇ ਉਹਦੀ ਦੁਕਾਨ 'ਤੇ ਉਹਨੂੰ ਗੋਲੀਆਂ ਮਾਰਤੀਆਂ ਅਤੇ ਉਹਦੀ ਪਤਨੀ ਸਰਬਜੀਤ ਕੌਰ ਦੇ ਬਿਆਨ 'ਤੇ ਪਰਚਾ ਹੋਇਆ ਸੀਗਾ ਦਰਜ। ਦੇਖੋ ਇਹ ਤਿੰਨੇ ਆਰੋਪੀ ਥਾਣਾ ਮੱਲਾਵਾਲਾ ਦੇ ਆਰਮ ਜੈਕਟ ਦੇ ਕੇਸ ਦੇ ਵਿੱਚ ਅਤੇ 307 ਦੇ ਕੇਸ ਦੇ ਵਿੱਚ ਇੱਕ ਡੀ ਐੱਸ ਪੀ ਨੇ ਇਹਨਾਂ ਨੂੰ ਫੜਿਆ ਸੀਗਾ। ਮੱਲਾਵਾਲੇ ਥਾਣੇ ਦੇ ਕੇਸ ਦੇ ਪੁੱਛਗਿੱਛ ਦੇ ਵਿੱਚ ਇਹਨਾਂ ਨੇ ਮੰਨਿਆ ਵੀ ਅਸੀਂ ਬੁਰਜਵਾਹਰ ਸਿੰਘ ਵਾਲੇ ਗੁਰਦੇਵ ਸਿੰਘ ਦਾ ਕਤਲ ਕੀਤਾ। ਉੱਥੋਂ ਇਹ ਸਾਰਾ ਚੱਲਿਆ ਕੰਮ। ਦੇਖੋ ਇਸ ਕੇਸ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹਵਾਲਾ ਹੈ ਨਹੀਂ ਗਾ। ਡੇਰਾ ਪ੍ਰੇਮੀ ਗੁਰਦੇਵ ਸਿੰਘ ਦੇ ਬਰਖਿਲਾਫ ਇੰਨਾ ਜ਼ਰੂਰ ਹੈ ਵੀ ਇਹ ਸਿੱਖ ਧਰਮ ਦੇ ਉਲਟ ਬੋਲਦਾ ਸੀਗਾ ਅਤੇ ਇਸ ਕਰਕੇ ਇਹਨੂੰ ਮਾਰਿਆ ਗਿਆ। ਨਹੀਂ, ਉਹਨਾਂ ਵੱਲੋਂ ਤਾਂ ਕੋਈ ਖਾਸ ਬਿਆਨ ਬਿਊਨ ਵਾਲੇ ਗੱਲ ਨਹੀਂ ਹੈ। ਦੇਖੋ ਦੋਸ਼ੀ ਕਦੇ ਇਹ ਨਹੀਂ ਕਹਿੰਦਾ ਹੁੰਦਾ ਵੀ ਅਸੀਂ ਮਾਰਿਆ, ਲੇਕਿਨ ਜੋ ਦੋਸ਼ੀਆਂ ਨੇ ਮੱਲਾਂ ਵਾਲੇ ਥਾਣੇ ਦੀ ਪੁੱਛਗਿੱਛ ਵਿੱਚ, ਉਸ ਤੋਂ ਬਾਅਦ ਥਾਣੇ ਬਾਜੇਖਾਨੇ ਦੀ ਪੁੱਛਗਿੱਛ ਵਿੱਚ ਜੋ ਦੱਸਿਆ, ਉਹ 'ਚ ਇਹੀ ਦੱਸਿਆ ਸੀਗਾ ਵੀ ਇਹ ਗੁਰਦੇਵ ਸਿੰਘ ਸਿੱਖ ਧਰਮ ਦੇ ਉਲਟ ਬੋਲਦਾ ਸੀ, ਇਸ ਕਰਕੇ ਅਸੀਂ ਮਾਰਤਾ। ਉਮਰ ਕੈਦ ਤਿੰਨਾਂ ਨੂੰ ਸੁਣਾਈ ਹੈ, ਲਾਈਫ ਇੰਪ੍ਰਿਜ਼ਨਮੈਂਟ ਨਾਲ ਜੁਰਮਾਨਾ ਵੀ।